अब कैसे मरो मरण मन मानिया मर मर जाते जिन राम न जानिया मर मर जा मर मर जाते जिन राम न जाने क्या जाना कि मर है के कैसा मरना होए जे कर साहेब मनो जे कर साहेब मन हो न विसरे ता सैला मरना हो मरन मुनसा सूर्य हक है जे होए मरन परवान सूर्य से आगे आखिए दर गए पावे सची मानो निमानिया दिमान गुरु निमानिया दिमान धन धन श्री गुरु तेग बहादुर साहेब जी धन धन श्री गुरु ग्रंथ साहेब जी ਆਨੰਦ ਗੁਣੀ ਨਿਗਾ ਗੁਰੂ ਗਰੀਬ ਨਿਗਾ ਗਰੀਬ ਨਿਗਾ ਗਰੀਬ ਨਿਗਾ ਕਬੀਰ ਜਿਸ ਮਰਨੇ ਤੇ ਜਗ ਡਰੇ ਜਿਸ ਮਰਨੇ ਤੇ ਜਗ ਡਰੇ ਜਿਸ ਮਰਨੇ ਤੇ ਜਗ ਮਨ ਅਨੰਦ
ਅਨੰਦ ਜਿਸ ਸਰ ਨੇ ਜਗ ਲਰੇ ਕਬੀ ਜਿਸ ਸਰ ਨੇ ਜਗ ਲਰੇ ਜਿਸ ਮਰਨੇ ਤੇ ਜਗ ਡਰ ਜਗ ਡਰ ਜਿਸ ਮਰਨੇ ਤੇ ਜਗ ਡਰ ਮਰ ਮਰਨੇ
ਕਰਨੇ ਹੀ ਤੇ ਪਾਰ ਧਨ ਦੀ ਉਸੇ ਕੋ ਜਗ ਮੈਂ ਮੁਕੇ ਹਰ ਸ਼ਰ ਮੈਂ ਜੁਜ ਵਿਚਾਰੇ ਤੇ ਅਨਿਤ ਅਨਿਤ ਰਹੇ ਜਿਸ ਨਾਮ ਚੜੇ ਪਰ ਸਾਗਰ ਤਾਰੇ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਨੀ ਮਰਨੇ ਤੇ ਕਾ ਡਰ ਨਾ ਜਬ ਹਾਥ ਮੋਰਾ ਲੀ ਜਬ ਹਾਥ ਮੋਰਾ ਲੀ ਜਬ ਹਾਥ ਆਈਏ ਮਰਨੀ ਤੇ ਆਈਏ ਪੂਰਨ ਪਰਮਾਨੰਦ ਪੂਰਨ ਪਰਮਾਨੰਦ ਜਿਸ ਮਰਨੇ ਤੇ ਕਬੀਰ ਜਿਸ ਮਰਨੇ ਤੇ अब कैसे मरो मरन मन मानिया अब कैसे मरो मरन मन मानिया अब कैसे मरो ਮਰਨ ਮਨ ਮਾਨਿਆ ਮਰ ਮਰ ਜਤ ਜਿਨ ਨਾਮ ਨਾ ਜਾਣਿਆ ਮਰ ਮਰ ਜਤ ਜਿਨ ਨਾਮ ਨਾ ਜਾਣਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਅਬ ਕੈਸੇ ਮਰੋ ਮਰਨ ਮਨ ਜਤ ਜਿਨ ਰਾਮ ਨਾ ਜਾਣਿਆ ਮਰ ਮਰ ਜਤ ਜਿਨ ਰਾਮ ਨਾ ਜਾਣਿਆ ਮਰ ਮਰ ਜਤ ਜਿਨ ਰਾਮ ਨਾ ਜਾਣਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਜੇ ਸਭ ਜਗ ਤੁਰਾਸਿਆ ਸੋ ਮਰਨਾ ਗੁਰ ਸ਼ਬਦ ਬਰਦਾਸਿਆ ਸੋ ਮਰਨਾ ਗੁਰ ਸ਼ਬਦ ਬਰਦਾਸਿਆ ਜੇ ਮਰਨੇ ਸਭ ਜਗ ਤੁਰਾਸਿਆ ਸੋ ਮਰਨਾ ਗੁਰ ਸ਼ਬਦ ਬਰਦਾਸਿਆ ਸੋ ਮਰਨਾ ਗੁਰ ਸ਼ਬਦ ਬਰਦਾਸਿਆ
अब कैसे मरो मरन मन मानिया अब कैसे मरो मरन मन सहजे मरे अमर होए सोई मरनो मरन कहे सब कोई मरनो मरन कहे सब कोई सहजे मरे अमर होए सोई सहजे सहजे मरे अमर होए सोई मरनो मरन कहे सब कोई सहजे मर अमर होए सोई सहजे मर अमर होए सोई अब कैसे मरो मर मन मानिया अब कैसे मरो मर मन मानिया मर जाते दिन रात अब कैसे मरो मरने से जग डरे जीविया लोड़े सब कोए गुर प्रसादी जीवत मरे हुक्मे बूझे सोए नानक ऐसी मरनी
ਸਭ
ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ ਜਗਤ ਕਰੇ ਸਦਾ
ਹਾਂ ਬਲਿਹਾਰ ਤਨ ਮਾਇਆ ਪਾਹਿਆ ਪਿਆਰੇ ਲੀਤੜਾ
शीश दिया
धर्म हे साता दिन किया साता दिन किया धर्म हे साता दिन किया साता दिन साधन है इतने दिन करी साधन 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 है साधन हा जय 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 श्री हो
ਧਰ ਕਾਮਨਾ ਤੇ ਕਰ ਹੈ ਜਗ ਜਗ ਦਾ ਗੁਹਾਰ ਹੈ
ਕੁਚਾਲ ਕੇ ਕਾਲ ਹੈ ਕੁਚਾਲ ਕੇ ਕਾਲ ਹੈ ਕੁਚਾਲ ਕੇ ਰਾਗ ਨਿਕਿਆ ਮਾ ਸਾਜ ਹੂ ਕੇ ਸਾਜਾ ਰਾਗ ਨਿਕਿਆ ਰਾਗ ਪਾਲ ਕਰੈ ਨਿਤ ਸੰਤ ਉਪਾਸ ਕਨੀ ਮਨ ਕਾਰ ਪਛ ਕਸੂ ਨਗ ਨਾਗ ਨਰਾਤਕ ਸਰ ਸਮੈ ਸਭ ਕੋ ਪ੍ਰਤਿਪਾ ਪੋਖਤ ਹੈ ਜਲ ਮੈਂ ਪਲ ਮੈਂ ਕਲ ਕੇ ਨਹੀਂ ਧਰਮ ਵਿਚਾਰੈ ਸੁੰਦਰ ਮਹਾਦਾਨ ਪ੍ਰਾਣ ਕੇ ਬਚਾਇਆ ਦੂਜ ਪੂਜ ਕੇ ਦਿਵਈਆ ਰੋਗ ਸੋਗ ਕੇ ਮਿਟਾਇਆ ਜਿਦੂ ਮਨ ਮਹਾਮਾਨ ਵਿਦਿਆ ਕੇ ਵਿਚਾਰ ਹੋ ਕੇ ਅਗਲੇ ਅਵਤਾਰ ਹੋ ਕੇ ਸਿੱਧ ਤੱਕ ਸੂਰ ਹੋ ਕੇ ਸੁਧ ਤੱਕ ਪਾਣ ਜੋ ਕਰਿਆ ਬਿਨਾਂ ਮੇਂ ਕਾਮੇ
ਹੱਕ ਰਾਜ ਗੁਰੂ ਜੁਮਲਾ ਫੈਜ ਹੱਕ ਹੱਕ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬਰਦਵਾਲ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਸ਼ਾਹ ਗੁਰੂ ਗੋਬਿੰਦ ਸਿੰਘ ਆਏ ਜਮਦਾਰ ਗੁਰੂ ਗੋਬਿੰਦ ਸਿੰਘ ਕਾਗ ਸੰਸਾਰ ਗੁਰੂ ਗੋਬਿੰਦ ਸਿੰਘ ਰਾਜਾ ਤੇਰਾ ਜਮਾ ਹਾਰ ਜੋ ਤੁਮ ਚੇ ਹੋ ਗਏ ਤੇਰੇ ਹੀ ਸਾਜੇ ਤੁਮ ਹੋ ਸਭ ਰਾਜਨ ਤੇ ਰਾਜਾ ਤੁਮ ਹੋ ਸਭ ਰਾਜਨ ਤੇ ਰਾਜਾ ਆਪੇ ਆ ਹਰ ਸਮਾਨ ਨਹੀਂ ਰਾਜਾ ਕੋ ਹਰ ਸਮਾਨ ਨਹੀਂ ਰਾਜਾ ਇਹ ਸਭ ਦਿਨ ਸਿਤਾਰ ਕੇ ਝੂਠੇ ਕਰਤ ਦਿਵਾਜਾ ਝੂਠੇ ਕਰਤ ਦਿਵਾਜਾ ਝੂਠੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗਾਨੀ ਗੰਭੀਰਾ ਕੋਈ ਜਾਣੇ ਤੇਰਾ ਇਹ ਕਾਕੇ ਵੜਤੀ ਵੱਡੇ ਮੇਰੇ ਸਾਹਿਬਾ ਗੰਭੀਰਾ ਗਾਨੀ ਗੰਭੀਰਾ ਕੋਈ ਜਾਣੇ ਤੇਰਾ ਇਹ ਕਾਕੇ ਵੜਤੀ ਕਰ ਭਲਾ ਕਰ ਆਨੰਦ ਵਧਾਈ ਕਰ ਮਾਣ ਮਹੱਤਾ
ਸਰਬ ਕਲਾ ਭਰਪੂਰ ਦਿਸੈ ਜਗਤਾ ਨਾਨਕ ਦਾਸਨ ਦਾ ਤੁਧਿਆ ਗੈਬ ਵਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਗੋਦ ਦੇ ਵਿੱਚ ਧੰਨ ਸਤਿ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ ਦੇ ਮਹਾਵਾਕਾਂ ਅਨੁਸਾਰ ਪਹਿਲੇ ਗੁਰਦੇਵ ਸਰਬ ਕਲਾ ਭਰਪੂਰ ਅਕਾਲ ਪੁਰਖ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਨਾਨਕ ਪਿਆਓ ਸਾਹਿਬ ਵਿਖੇ ਸ਼ਬਦ ਚੌਂਕੀ ਜਥਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਗੁਰਦੇਵ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦੇ ਸ਼ਹੀਦੀ ਪੁਰਬ ਨੂੰ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਔਰ ਤਮਾਮ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਦੇ ਇਹ ਗੁਰਮਤਿ ਸਮਾਗਮ ਦੇ ਵਿੱਚ ਸਤਿਗੁਰੂ ਜੀ ਨੇ ਤਰਸ ਕਰਕੇ ਆਪਣੀਆਂ ਇਹ ਕੀਰਤਨ ਸੇਵਾਵਾਂ ਹਾਜ਼ਰੀਆਂ ਆਪ ਲਵਾਈਆਂ ਸਤਿਗੁਰੂ ਜੀ ਕਿਰਪਾ ਕਰਨ ਇਸ ਵੇਲੇ ਦੀ ਪੜ੍ਹੀ ਗੁਰਬਾਣੀ ਸਤਿਗੁਰੂ ਜੀ ਦਰਗਾਹ ਪ੍ਰਵਾਨ ਕਰਕੇ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਉਹਨਾਂ ਮਹਾਨ ਸੂਰਬੀਰ ਯੋਧੇ ਜਿਹੜੇ ਆਪਣੇ ਅਕੀਦੇ 'ਤੇ ਡਟੇ ਰਹੇ ਜਿਨ੍ਹਾਂ ਨੇ ਆਪਣੇ ਗੁਰਦੇਵ ਦੇ ਸਮਕਸ਼ ਜਿੱਥੇ ਬਾਣੀ ਦੀ ਦ੍ਰਿੜਤਾ ਜਿੱਥੇ ਆਪਣੇ ਅਕੀਦੇ ਦੇ ਉੱਤੇ ਦ੍ਰਿੜਤਾ ਦਿਖਾਈ ਉੱਥੇ ਸਾਨੂੰ ਸਾਰਿਆਂ ਨੂੰ ਇਹਨਾਂ ਸਮਾਗਮਾਂ ਤੋਂ ਇਹ ਸੇਧ ਲੈਣੀ ਚਾਹੀਦੀ ਹੈ। ਅਸੀਂ ਅੱਜ ਕਿੱਥੇ ਤੁਰੇ ਫਿਰਦੇ ਹਾਂ, ਸਾਡੀ ਅੱਜ ਮਾਨਸਿਕ ਹਾਲਤ ਕੀ ਹੈ, ਸਾਲਾਨਾ ਇਹ ਗੁਰਮਤਿ ਸਮਾਗਮ ਕਿੰਨਿਆਂ ਸਾਲਾਂ ਤੋਂ ਪ੍ਰਬੰਧਕ ਕਮੇਟੀਆਂ ਦੀ ਮੌਜੂਦਗੀ 'ਚ ਹੁੰਦੇ ਹਨ, ਪਰ ਕੀ ਇਹਨਾਂ ਸਮਾਗਮਾਂ ਤੋਂ ਅਸੀਂ ਕੁਝ ਸਿੱਖ ਸਕੇ ਹਾਂ? ਕੀ ਅਸੀਂ ਰਸਾਤਲ ਵੱਲ ਜਾ ਰਹੇ ਹਾਂ? ਅੱਜ ਪੰਜ ਪਿਆਰਿਆਂ ਦਾ ਹੁਕਮ ਹੋਇਆ, ਆਨੰਦ ਕਾਰਜ ਦੀ ਅਵਸਥਾ ਬਾਰੇ ਕਿ ਕਾਰਡਾਂ ਦੇ ਉੱਤੇ ਨਾਮ ਲਿਖਾਉਣ ਤੋਂ ਵੀ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਇਹ ਸਾਡੀ ਹਾਲਤ ਹੈ। ਔਰ ਜੋ ਕੁਝ ਆਨੰਦ ਕਾਰਜਾਂ ਦੇ ਉੱਤੇ ਸੱਭਿਆਚਾਰ ਦੇ ਨਾਂ 'ਤੇ ਅਸੱਭਿਅਕ ਹੋ ਰਿਹਾ ਹੈ, ਸਮੇਂ ਸਮੇਂ 'ਤੇ ਕੌਮ ਦੇ ਬੁਲਾਰੇ ਨੇ ਤੜਕ ਬੁਲਾਰੇ ਸਾਡੇ ਤੋਂ ਬਾਅਦਾਂ ਵੱਡੇ ਪ੍ਰਾਤਾ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਅਤੇ ਮੇਰੇ ਤੋਂ ਪਹਿਲਾਂ ਅਸਥਾਨ ਦੇ ਮੁੱਖ ਗ੍ਰੰਥੀ ਜਿਨ੍ਹਾਂ ਨੇ ਬੜੀ ਦ੍ਰਿੜਤਾ ਦੇ ਨਾਲ ਉਹ ਗੱਲ ਰੱਖੀ। ਅੱਜ ਸਿੰਘ ਸਾਹਿਬ ਦਾ ਵੀ ਬਿਆਨ ਸੀ ਗਿਆਨੀ ਹਰਪਾਲ ਸਿੰਘ ਉਹਨਾਂ ਦਾ ਕਿ ਕਿਸੇ ਬੱਚੇ ਨੇ ਪੁੱਛਿਆ, ਮਾਤਾ ਜੀ ਇਹ ਸਿੰਘ ਸਾਹਿਬਾਂ ਜੀ ਕੋਲ ਜਿਹੜੀ ਕਿਰਪਾਨ ਹੈ ਇਹ ਕਿਉਂ ਹੈ? ਉਹਨਾਂ ਨੇ ਆਖਿਆ ਇਸ ਦੇਸ਼ ਦੇ ਸੰਵਿਧਾਨ ਕਰਕੇ ਹੈ। ਅਤੇ ਸਿੰਘ ਸਾਹਿਬ ਜੀ ਨੇ ਆਖਿਆ ਕਿ ਨਹੀਂ, ਉਸ ਬੱਚੇ ਨੂੰ ਆਖਿਆ ਦੇਸ਼ ਦੇ ਸੰਵਿਧਾਨ ਕਰਕੇ ਕਿਰਪਾਨ ਨਹੀਂ ਹੈ, ਇਹ ਕਿਰਪਾਨ ਕਰਕੇ ਦੇਸ਼ ਦਾ ਸੰਵਿਧਾਨ ਹੈ। ਸੋ ਗੁਰੂ ਪਿਆਰਿਓ, ਅੱਜ ਦੇ ਇਹ ਦਿਨ ਮਨਾਉਣੇ ਤਾਂ ਹੀ ਸਫਲੇ ਹਨ ਜੇ ਅਸੀਂ ਜਿਸ ਰਸਾਤਲ ਵੱਲ ਜਾ ਰਹੇ ਹਾਂ ਉਹਨੂੰ ਦ੍ਰਿੜਤਾ ਨਾਲ ਪਹਿਰਾ ਦੇ ਕੇ ਉੱਥੋਂ ਮੁੜੀਏ। ਅਜੋਕੇ ਸਮੇਂ ਆਨੰਦ ਕਾਰਜਾਂ ਦੇ ਉੱਤੇ ਬੱਚੇ ਬੱਚੀ ਨੂੰ ਇਹ ਨਹੀਂ ਪਤਾ ਕਿ ਇੱਥੋਂ ਦੀ ਮਰਿਆਦਾ ਕੀ ਹੈ। ਜਿਹੜੇ ਬੱਚੇ ਨੂੰ ਅਜੇ ਪਹਿਲੇ ਮੁੱਢਲੇ ਸੰਸਕਾਰ ਨਹੀਂ ਪਤਾ ਸ਼ਹਾਦਤ ਦੀ ਗੱਲ ਅਤੇ ਆਪਣੇ ਗੁਰੂ ਤੋਂ ਇਹ ਆਪਾ ਵਰਨ ਦੀ ਗੱਲ ਤਾਂ ਬੜੀ ਦੂਰ ਦੀ ਹੈ। ਸੋ ਗੁਰੂ ਕਿਰਪਾ ਕਰੇ, ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਵਰਗੇ ਹੋਰ ਗੁਰੂ ਕੇ ਬੁਲਾਰੇ ਜਿਹੜੇ ਨੇ ਤੜਕ ਹੋ ਕੇ ਦਿਨ ਰਾਤ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਹਨ, ਮਹਾਰਾਜ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸਿੰਘ ਸਾਹਿਬ ਜੀ ਦਾ ਧੰਨਵਾਦ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਕੀਰਤਨ ਕਰਦਿਆਂ ਏਕ ਅਨੇਕ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਹਨ, ਸਤਿਗੁਰੂ ਜੀ ਬਖਸ਼ਣ ਯੋਗ ਹਨ। ਸ਼ਬਦ ਚੌਂਕੀ ਜਥਾ ਇਹਨਾਂ ਦਾ ਵੀ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾਓ, ਸਾਰੇ ਰਲ ਮਿਲ ਕਰਕੇ ਗੱਜ ਕੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿਓ। ਭਾਈ ਸਾਹਿਬ ਜੀ ਦੀ ਆਮਦ ਦੇ ਉੱਤੇ ਆਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।